ਬਹੁਤ ਹੀ ਸਤਿਕਾਰਯੋਗ ਬੇਰੁਜ਼ਗਾਰ ਆਰਟੀ ਟੈਟ ਪਾਸ ਅਧਿਆਪਕ ਸਾਥੀਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਸਾਥਿਓ ਪੂਰੀ ਉਮੀਦ ਕਰਦਾ ਕਿ ਤੁਸੀਂ ਸਾਰੇ ਸਾਥੀ ਬਿਲਕੁਲ ਠੀਕ ਹੋਵੋਗੇ ਤੇ ਪੜਾਈ ਵੀ ਤੁਹਾਡੀ ਵਧੀਆ ਚੱਲਦੀ ਹੋਊਗੀ ਜੇ ਇਸ ਟੈਸਟ ਲਈ ਤੁਸੀਂ ਤਿਆਰੀ ਕਰ ਰਹੇ ਹੋ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੇ ਸਾਥਿਓ ਆਪਣੀ ਖੁਸ਼ੀਆਂ ਦੇ ਵਿੱਚ ਸਰਕਾਰ ਦੁਬਾਰਾ ਜਿਹੜੀ ਹੈ ਖੁਸ਼ੀਆਂ ਦੇ ਵਿੱਚ ਭੰਗ ਜਿਹੜੀ ਪਾਉਣ ਦੀ ਕੋਸ਼ਿਸ਼ ਜਿਹੜੀ ਉਹ ਕਰ ਰਹੀ ਹੈ ਤਾਂ ਤੁਹਾਨੂੰ ਸਭ ਨੂੰ ਪਤਾ ਹੈ ਤਾਂ ਸਾਥੀਓ ਆਪਾਂ ਗੱਲ ਦੀ ਸ਼ੁਰੂਆਤ ਕਰੀਏ ਕਿ ਕਿਸ ਤਰੀਕੇ ਦੇ ਨਾਲ 2364 ਪੋਸਟਾਂ ਆਪਾਂ ਟੈਂਕੀ ਦੇ ਉੱਪਰ ਡਟ ਕੇ ਮਰਨਵਰਤ ਰੱਖ ਕੇ ਪ੍ਰਾਪਤ ਕੀਤੀਆਂ ਜਿਹੜੀਆਂ ਸਰਕਾਰ ਦੀਆਂ ਨਲਾਇਕੀਆਂ ਦੇ ਕਾਰਨ ਅੱਜ ਤੱਕ ਜਿਹੜੀਆਂ ਲਟਕਦੀਆਂ ਆਉਂਦੀਆਂ ਰਹੀਆਂ ਜਿੰਦੇ ਵਿੱਚ ਦੇਖੋ ਤੁਸੀਂ ਅੱਜ 8 ਤਰੀਕ ਦੀ ਜਿਹੜੀ ਹੈ ਆਪਣੀ ਹਿアリング ਸੀਗੀ ਉਸ ਦੇ ਵਿੱਚ ਹਜੇ ਵੀ ਜਿਹੜਾ ਜੱਜ ਸਾਹਿਬ ਨੇ ਰਿਜ਼ਲਟ ਜਿਹੜਾ ਉਹਨੇ ਦਿੱਤਾ ਪੈਂਡਿੰਗ ਰੱਖਿਆ ਹੋਇਆ ਹੈ ਤਿੰਨਾਂ ਚਾਰਾਂ ਦਿਨਾਂ ਤੱਕ ਆਪਾਂ ਨੂੰ ਜਿਹੜਾ ਉਸ ਦਾ ਰਿਜ਼ਲਟ ਜਿਹੜਾ ਉਹ ਮਿਲੂਗਾ ਇਹ ਸਿਰਫ ਇੱਕ ਸਰਕਾਰ ਦੀਆਂ ਨਲਾਇਕੀਆਂ ਦੇ ਕਾਰਨ ਜਿਹੜਾ ਹੈ ਉਹ ਆਪਾਂ ਨੂੰ ਭੁਗਤਣਾ ਜਿਹੜਾ ਉਹ ਪੈ ਰਿਹਾ ਹੈ ਤਾਂ ਸਾਥੀਓ ਤੁਸੀਂ ਸਭ ਜਾਣੀ ਜਾਣੋ ਦੂਸਰੀ ਵਾਰ ਜਿਹੜਾ ਲਗਾਤਾਰ ਆਪਣਾ 7 ਮਹੀਨੇ ਧਰਨਾ ਪਟਿਆਲੇ ਸੰਗਰੂਰ ਦੇ ਵਿੱਚ ਚੱਲਿਆ ਤੁਹਾਨੂੰ ਪਤਾ ਹੈ ਕਿ ਹਰਜੀਤ ਆਪਣਾ ਸਾਥੀ 70 ਦਿਨ ਟਾਵਰ ਦੇ ਉੱਪਰ ਡਟਿਆ ਰਿਹਾ ਤੇ ਸਰਿੰਦਰਪਾਲ ਸਾਥੀ 135 ਦਿਨ ਲਗਾਤਾਰ ਟਾਵਰ ਦੇ ਉੱਪਰ ਥੋੜੀ ਜਿਹੀ ਜਗ੍ਹਾ ਤੇ ਰਹਿ ਕੇ ਉਹਨਾਂ ਨੇ ਇੰਨਾ ਲੰਮਾ ਸੰਘਰਸ਼ ਕਰਿਆ ਇੱਕ ਇੰਡੀਆ ਲੈਵਲ ਤੇ ਨਾ ਕਹੀਏ ਕਿ ਇੱਕ ਵਰਲਡ ਲੈਵਲ ਤੇ ਜਿਹੜਾ ਉਹਨਾਂ ਨੇ ਇੱਕ ਇਤਿਹਾਸ ਰਚਿਆ ਜਿਹੜਾ ਕਿ ਇੱਕ ਸਾਥੀ ਨੇ ਇੱਕੋ ਪਰਸਨ ਨੇ ਜਿਹੜਾ 135 ਦਿਨ ਜਿਹੜਾ ਟਾਵਰ ਦੇ ਉੱਪਰ ਗੁਜ਼ਾਰਨਾ ਸੰਘਰਸ਼ ਕਰਨਾ ਇੱਕ ਬੜੀ ਬਹਾਦਰੀ ਵਾਲੀ ਗੱਲ ਹੁੰਦੀ ਹੈ। ਤਾਂ ਜੇ ਸਮੇਂ ਦੌਰਾਨ ਸਾਡੀਆਂ ਭੈਣਾਂ ਸਾਡੇ ਵੀਰਾਂ ਨੇ ਮੋਤੀ ਮਹਿਲ ਵੱਲ ਜਾਂਦੇ ਹੋਏ ਤੁਹਾਨੂੰ ਸਭ ਨੂੰ ਪਤਾ ਹੈ ਕਿ ਵੀਪੀਐਸ ਚੌਂਕ ਦੇ ਵਿੱਚ ਜਦੋਂ ਆਪਣੇ ਉੱਪਰ ਲਾਠੀਆਂ ਵਰਧੀਆਂ ਸੀ ਤੇ ਆਪਣੀਆਂ ਭੈਣਾਂ ਦੇ ਉੱਪਰ ਲਾਠੀਆਂ ਵਰਧੀਆਂ ਸੀ ਜੈਂਟਸ ਪੁਲਿਸ ਦੇ ਵੱਲੋਂ ਤਾਂ ਬਹੁਤ ਇੱਕ ਦੁੱਖ ਜਿਹੜਾ ਮਹਿਸੂਸ ਹੁੰਦਾ ਸੀਗਾ ਇੱਕ ਦੁੱਖ ਇਸ ਤਰ੍ਹਾਂ ਦਾ ਸੀਗਾ ਕਿ ਆਪਾਂ ਉਹ ਚੀਜ਼ ਨੂੰ ਬਿਆਨ ਨਹੀਂ ਕਰ ਸਕਦੇ ਸੀਗੇ ਕਿ ਉਹ ਚੀਜ਼ ਜਿਹੜੀ ਸਾਡੇ ਅੰਦਰ ਇੱਕ ਵਿੰਨਿਆ ਹੋਇਆ ਸੀਗਾ ਕਿ ਇਹਨਾਂ ਪੈਣਾ ਨੂੰ ਅਸੀਂ ਇਸ ਡੰਡੇ ਜਿਹੜੇ ਉਹ ਆਪਦੇ ਸਰੀਰ ਦੇ ਉੱਪਰ ਉਹਨਾਂ ਦੀ ਚਾਲ ਜਿਹੜੀ ਆ ਮਾਰ ਜਿਹੜੀ ਉਹ ਚੱਲ ਰਹੀ ਹੈ ਨੇ ਤੇ ਉਹਨਾਂ ਦਾ ਇਸ ਨੂੰ ਇਹਨਾਂ ਨੂੰ ਕੀ ਮੁੱਲ ਲੈ ਕੇ ਦੇਈਏ ਤਾਂ ਸਾਥੀਓ ਖੀਰ ਨੂੰ ਸਰਿੰਦਰਪਾਲ ਸਾਥੀ ਦੇ ਤੇ ਆਪਣੀ ਸਾਰੀ ਜਥੇਬੰਦੀ ਦੇ ਇੱਕ ਐਸਿਕੋਜੇ ਪ੍ਰੋਟੈਸਟ ਦੇ ਦੌਰਾਨ 6635 ਜਿਹੜੀ ਹੈ ਉਹ ਪੋਸਟ ਜਿਹੜੀ ਹੈ ਆਪਾਂ ਸਰਕਾਰ ਕੋਲੋਂ ਜਿਹੜੀ ਹੈ ਉਹ ਪ੍ਰੋਵਾਈਡ ਕਰਵਾਈ ਤਾਂ ਇਸ ਦੇ ਵਿੱਚ ਸਾਥੀਓ ਰੂਲ ਵੀ ਜਿਹੜੇ ਐ ਅਮੈਂਡਮੈਂਟ ਹੋਏ ਤੁਹਾਨੂੰ ਸਭ ਨੂੰ ਪਤਾ ਹੈ ਕਿ ਉਹਨਾਂ ਰੂਲਾਂ ਦੇ ਮੁਤਾਬਕ ਹੀ ਹਮੇਸ਼ਾ ਵਾਸਤੇ ਜਿਹੜੀ ਹੈ ਜੋ ਵੀ ਰੂਲ ਸਰਵਿਸ ਰੂਲ ਬਣਦੇ ਆ ਉਸ ਉਹਨਾਂ ਮੁਤਾਬਕ ਹੀ ਜਿਹੜੀ ਆ ਉਹ ਵਰਤੀ ਹੁੰਦੀ ਹੈ ਤਾਂ ਸਾਥੀਓ ਕਿਤੇ ਨਾ ਕਿਤੇ ਸਰਕਾਰ ਦੀ ਇਹ ਗਲਤੀ ਹੈ ਕਿ ਜਿਹੜੀ ਹੁਣ ਆਪਾਂ ਨੂੰ ਪੂਰਾ ਸ਼ੱਕ ਹੋ ਰਿਹਾ ਹੈ ਕਿ ਜੋ ਆਪਣੇ ਨਾਲ ਵਾਪਰ ਰਿਹਾ ਹੈ ਉਹ ਤੁਸੀਂ ਭਲੀ ਭਾਤ ਜਾਣਦੇ ਹੋ ਕਿ 2364 ਪੋਸਟਾਂ ਦੇ ਵਿੱਚ ਵੀ ਇਹਨਾਂ ਨੇ ਬੀਏਡ ਨੂੰ ਕਨਸੀਡਰ ਕੀਤਾ ਵਲੰਟੀਅਰ ਨੂੰ ਕਨਸੀਡਰ ਕੀਤਾ ਤਾਂ ਐਟਟੀ ਵਾਲਿਆਂ ਨੂੰ ਇੱਕ ਪੋਸਟਾ ਨੂੰ 2364 ਨੂੰ ਨੋਚਣ ਦੀ ਜਿਹੜੀ ਹੈ ਸਰਕਾਰ ਵੱਲੋਂ ਉਹ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਸੀ ਜਿੰਦਾ ਅੱਜ ਕੁਛ ਨਾ ਕੁਛ ਫੈਸਲਾ ਜਿਹੜਾ ਹੈ ਉਹ ਹੋਇਆ ਹੈ ਤਾਂ ਇਸੇ ਤਰੀਕੇ ਦੇ ਨਾਲ ਅੱਗੇ ਵੀ ਆਪਣੀ ਜਿਹੜੀਆਂ 6400 6600 ਪੈਂਤੀ ਪੋਸਟਾਂ ਜਿਹੜੀਆਂ ਹੈਗੀਆਂ ਨੇ ਉਹਨਾਂ ਦੇ ਵਿੱਚ ਦੁਬਾਰਾ ਫਿਰ ਉਹਨਾਂ ਪੋਸਟਾਂ ਦੇ ਉੱਪਰ ਕਿਵੇਂ ਨ ਕਿਵੇਂ ਹੋਰ ਕੈਟਾਗਰੀ ਨੂੰ ਜਿਵੇਂ ਬੀਆਡ ਨੂੰ ਦੁਬਾਰਾ ਕਨਸੀਡਰ ਕਰਨ ਦੀਆਂ ਜਿਹੜੀਆਂ ਸਰਕਾਰ ਵੱਲੋਂ ਚਾਲਾਂ ਜਿਹੜੀਆਂ ਉਹ ਚੱਲੀਆਂ ਜਾ ਰਹੀਆਂ ਨੇ ਤਾਂ ਸਾਥੀਓ ਇੱਕ ਗੱਲ ਮੈਂ ਤੁਹਾਨੂੰ ਦੱਸ ਦਿਆਂ ਕਿ ਜਿੰਦੇ ਵਿੱਚ 1635 ਪੋਸਟ ਨੂੰ ਆਪਾਂ ਸੇਫ ਰੋਲ ਜਿਹੜੀ ਈਟੀਟੀ ਦੀ ਜਿਹੜੀ ਆ ਪੋਸਟ ਜਿਹੜੀ ਹੈ ਉਹ ਆਪਾਂ ਪੂਰੀ ਕਰਵਾਣੀ ਹੈ ਸਰਕਾਰ ਦੇ ਕੋਲ ਦੂਸਰੀ ਮੰਗ ਜਿਹੜੀ ਹੈ ਆਪਣੀ ਓਵਰਏਜ ਜਿਹੜੇ ਆਪਣੇ ਸਾਥੀ ਹੋ ਚੱਲੇ ਨੇ ਕਿਉਂਕਿ 2016 ਦੇ ਵਿੱਚ ਜਿਨ੍ਹਾਂ ਨੇ ਟੈਸਟ ਦਿੱਤਾ ਹੋਇਆ ਸੀਗਾ ਉਹ ਇੱਕ ਸਰਕਾਰ ਦੀ ਨਲੈਕੀ ਦੇ ਹੋਣ ਦੇ ਕਾਰਨ ਅੱਜ ਜਿਹੜੇ ਆ ਔਰ ਰੁਜ਼ਗਾਰ ਲੈਣ ਤੋਂ ਬਾਹਰ ਹੋ ਰਹੇ ਨੇ ਤਾਂ ਸਾਥੀਓ ਇੱਕ ਤੀਸਰੀ ਮੰਗ ਜਿਹੜੀ ਹਜੇ ਵੀ ਆਪਣੀ ਹੈ 2364 ਪੋਸਟਾਂ ਨੂੰ ਇੱਕ ਕੰਟਰੋਲ ਈਟੀਟੀ ਤੇ ਪੋਸਟ ਤੇ ਆਪਾਂ ਜਿਹੜਾ ਹੈ ਉਸ ਨੂੰ ਪ੍ਰਤੀ ਕਰਾਉਣਾ ਤਾਂ ਸਾਥੀਓ ਪੜਾਣ ਨੂੰ ਦੇਖਦੇ ਹੋਏ ਆਪਾਂ ਨੂੰ ਮਜਬੂਰ ਨਹੀਂ ਕਰਾਂ ਦੇ ਵਿੱਚ ਪੜਦੇ ਹੋਏ ਅਕੈਡਮੀਆ ਦੇ ਵਿੱਚ ਫੁੱਲ ਤਿਆਰੀ ਕਰਦੇ ਹੋਏ ਪੇਪਰ ਦੀ ਤਾਂ ਸਾਨੂੰ ਕਿਤਾਬਾਂ ਨੂੰ ਬੰਦ ਕਰਕੇ ਰੱਖਣ ਲਈ ਜਿਹੜਾ ਉਹ ਮਜਬੂਰ ਕਰਤਾ ਹੈ ਸਰਕਾਰ ਨੇ ਸੋ ਸਾਥੀਓ ਅੱਜ ਲਾਈਵ ਹੋਣ ਦਾ ਮੇਰਾ ਮਕਸਦ ਇਹ ਸੀਗਾ ਕਿ ਤੁਹਾਡੇ ਤੱਕ ਇੱਕ ਮੈਸੇਜ ਜਿਹੜਾ ਹੈ ਉਹ ਜ਼ਰੂਰ ਪਹੁੰਚਾਇਆ ਜਾਵੇ ਕਿ ਕੁਝ ਸਾਥੀ ਇਹ ਕਹਿ ਰਹੇ ਸੀਗੇ ਕਿ ਹਜੇ ਤੱਕ ਦੀਪਕ ਵੱਲੋਂ ਮੈਸੇਜ ਨਹੀਂ ਪਿਆ ਜਾਂ ਲਾਈਵ ਸਾਥੀਓ ਨੈਟਵਰਕ ਦੀ ਬਹੁਤ ਜ਼ਿਆਦਾ ਪ੍ਰੋਬਲਮ ਚੱਲ ਰਹੀ ਹੈ ਤਾਂ ਸਾਥੀਓ ਇੱਥੇ ਦੱਸ ਦਈਏ ਆਪਾਂ ਕਿ ਸਰਕਾਰ ਜਿਹੜੀ ਹੈ ਮਜਬੂਰ ਨਹੀਂ ਆਪਾਂ ਨੂੰ ਜਿਹੜਾ ਪ੍ਰੋਟੈਸਟ ਕਰਨ ਲਈ ਜਿਹੜਾ ਮਜਬੂਰ ਕਰ ਰਹੀ ਹੈ ਤਾਂ ਸਾਥੀਓ ਤੇ ਦੱਸ ਦਈਏ ਕਿ ਹੁਣ ਜਿੰਨੇ ਵੀ ਆਪਣੇ ਸਾਥੀ ਅਕੈਡਮੀਆ ਦੇ ਵਿੱਚ ਬੈਠੇ ਹਨ ਤੋਂ ਰੈਡੀ ਹੋ ਜਾਓ ਤੁਹਾਨੂੰ ਸਭ ਨੂੰ ਪਤਾ ਹੈ ਕਿ ਬੜਾ ਵੱਡਾ ਸੰਘਰਸ਼ ਕਰਕੇ ਆਪਾਂ ਸਾਰਿਆਂ ਨੇ 6835 ਜਿਹੜੀ ਪੋਸਟ ਜਿਹੜੀ ਹੈ ਉਹ ਕਢਾਈ ਹੈ ਤਾਂ ਹੁਣ ਇਸ ਨੂੰ ਸਿਰੇ ਤੱਕ ਵੀ ਲਾਉਣ ਦੀ ਜਿਹੜੀ ਹੈ ਆਪਣੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਤਾਂ ਸਟੇਟ ਕਮੇਟੀ ਦਾ ਯੂਨੀਅਨ ਦਾ ਪੂਰਾ ਡਟ ਕੇ ਸਾਥ ਦਿਓ ਨਿਰੋਲ ਜਿਹੜੀ ਈਟੀਟੀ ਦੀ ਭਰਤੀ ਜਿਹੜੀ ਹੈ ਉਹ ਆਪਾਂ ਕਰਾਵਾਂਗੇ ਤਾਂ ਇੱਥੇ ਇੱਕ ਸਾਥੀ ਦੱਸ ਰਿਹਾ ਪੁੱਛ ਰਿਹਾ ਸੀਗਾ ਕਿ ਸਰ 3264 ਪੋਸਟਾਂ ਬਾਰੇ ਕੁਝ ਦੱਸੋ ਤਾਂ ਤੁਹਾਨੂੰ ਦੱਸ ਦਈਏ ਕਿ ਅੱਜ ਦੀ ਜਿਹੜੀ ਹੈ ਉਹ ਸਾਰੇ ਕੇਸਾਂ ਨੂੰ ਲੈ ਕੇ ਇੱਕੋ ਅੱਜ ਜਿਹੜੀ ਹੈ ਉਹ ਤਰੀਕ ਰੱਖੀ ਗਈ ਸੀਗੀ ਅੱਠ ਦੀ ਸੋ ਅੱਜ ਇੱਕ ਫੈਸਲਾ ਜਿਹੜਾ ਹੈ ਜੱਜ ਸਾਹਿਬ ਵੱਲੋਂ ਜਿਹੜਾ ਹੈ ਉਹ ਪੈਂਡਿੰਗ ਰੱਖ ਲਿਆ ਗਿਆ ਹੈ 3000 ਚਾਰਾਂ ਦਿਨਾਂ ਤੱਕ ਜਿਹੜਾ ਹੈ ਉਹ ਫੈਸਲਾ ਜਿਹੜਾ ਆਜੂਗਾ ਤਾਂ ਪੂਰੀ ਉਮੀਦ ਕਰਦੇ ਆ ਕਿ ਈਟੀਟੀ ਦੇ ਹੱਕ ਦੇ ਵਿੱਚ ਜਿਹੜਾ ਹੈ ਉਹ ਫੈਸਲਾ ਜਿਹੜਾ ਆਊਗਾ ਤਾਂ ਇਸੇ ਤਰੀਕੇ ਦੇ ਨਾਲ 6635 ਪੋਸਟ ਵੀ ਜਿਹੜੀ ਹੈ ਉਹ ਆਪਣੇ ਹੱਕ ਦੇ ਵਿੱਚ ਹੀ ਆਊਗੀ ਈਟੀਟੀ ਨੇ ਸੱਚਾਈ ਤੇ ਲੜ ਕੇ ਜਿਹੜਾ ਉਹ ਸੰਘਰਸ਼ ਕਰਿਆ ਹੈ ਤਾਂ ਉਹ ਆਪਦੀ ਜਿੱਤ ਵੀ ਜਿਹੜੀ ਹੈ ਉਹ ਜ਼ਰੂਰ ਪ੍ਰਾਪਤ ਕਰੇਗਾ ਤਾਂ ਸਾਥੀਓ ਮੈਂ ਤੁਹਾਨੂੰ ਇੱਕ ਅਪੀਲ ਕਰਨਾ ਚਾਹਣਾ ਕਿ ਹੁਣ ਸਮਾਂ ਆਪਣੇ ਕੋਲ ਬਹੁਤ ਘੱਟ ਹੈ ਜੇਕਰ ਆਪਾਂ 635 ਪੋਸਟ ਦਾ ਨਾਮ ਲੈਂਦੇ ਆ ਤਾਂ ਬਹੁਤ ਵੱਡੀ ਗਿਣਤੀ ਬਣਦੀ ਹੈ ਕੋਈ ਛੋਟੀ ਗਿਣਤੀ ਨਹੀਂ ਗਈ ਤਾਂ ਇਹਦੇ ਵਿੱਚ ਇਹ ਦੱਸ ਦਈਏ ਤੁਹਾਨੂੰ ਕਿ 635 ਜਿਹੜੇ ਆ ਜਿਉਂ ਪਹਿਲਾਂ ਸਾਥੀ ਲੜ ਰਹੇ ਸੀਗੇ ਸੰਘਰਸ਼ ਕਰ ਰਹੇ ਸੀਗੇ ਤੇ ਬਾਕੀ 6000 ਜਿਹੜੇ ਸਾਥੀ ਸੀਗਾ ਉਹ ਘਰ ਦੇ ਵਿੱਚ ਬੈਠਾ ਸੀਗਾ ਤਾਂ ਹੁਣ ਘਰ ਵਿੱਚ ਕੋਈ ਵੀ ਈਟੀਟੀ ਜਿਹੜਾ ਟੱਟ ਪਾਸੇ ਉਹ ਬੈਠਿਆ ਹੋਣਾ ਨਹੀਂ ਚਾਹੀਦਾ ਜੇਕਰ ਅੱਜ ਵੀ ਤੁਸੀਂ ਘਰਾਂ ਦੇ ਵਿੱਚ ਬੈਠੇ ਰਹਿ ਗਏ ਤਾਂ ਸਮਝੋ ਤੁਹਾਡੇ ਕੋਲ ਤੁਹਾਡਾ ਹੱਕ ਜਿਹੜਾ ਹੈ ਉਹ ਖੋਹ ਕੇ ਲੈ ਜਾਣਗੇ ਦੂਸਰੇ ਤੁਹਾਨੂੰ ਹੱਕ ਜਿਹੜਾ ਹੈ ਉਹ ਤੁਹਾਨੂੰ ਆਪਦੇ ਹੱਕ ਬਾਹਰ ਨਿਕਲ ਕੇ ਜਿਹੜਾ ਲੜ ਕੇ ਜਿਹੜਾ ਹੈ ਉਹ ਤੁਹਾਨੂੰ ਲੈਣਾ ਪਊਗਾ ਕੱਲਾ ਅਕੈਡਮੀਆ ਦੇ ਵਿੱਚ ਬੈਠ ਕੇ ਤਿਆਰੀ ਕਰਨ ਨਾਲ ਤੁਹਾਨੂੰ ਹੱਕ ਨਹੀਂ ਮਿਲਣਾ ਜੇਕਰ ਇਹਨਾਂ ਪੋਸਟਾਂ ਨੂੰ ਬਚਾਉਣਾ ਹੈ ਤਾਂ 9 ਤਰੀਕ ਦੀ ਕੱਲ ਦੀ ਜਿਹੜੀ ਆ ਤੁਸੀਂ ਸਾਰੇ ਸਾਥੀਆਂ ਨੇ ਛੁੱਟੀ ਮਾਰ ਕੇ ਜੇਕਰ ਉੱਥੇ ਵੀ ਛੁੱਟੀ ਹੈ ਤੇ ਘਰ ਦੇ ਵਿੱਚ ਨਹੀਂ ਬੈਠਣਾ ਜਿਨ ਜਿਹੜੇ ਜਿਹੜੀ ਤੁਹਾਡੇ ਅਗਵਾਈ ਕਰਤਾ ਤੁਹਾਡੇ ਨਾਲ ਅਕੈਡਮੀਆ ਦੇ ਵਿੱਚ ਜਿਹੜਾ ਜਿਨੇ ਤੁਹਾਨੂੰ ਇੱਕ ਇਹ ਪੋਸਟਾਂ ਤੇ एलिਜੀਬਲ ਕਰਾਉਣ ਦੇ ਲਈ ਤੁਹਾਡੇ ਨਾਲ ਵਾਦਾ ਕਰਕੇ ਤੁਹਾਨੂੰ ਮੁਹਾਲੀ ਲੈ ਕੇ ਆਊਗਾ ਉਸ ਦੀ ਆਵਾਜ਼ ਤੇ ਤੁਸੀਂ ਜੋ ਵੀਕਲ ਕਰਿਆ ਹੋਇਆ ਤਾਂ ਇਹ ਅਪੀਲ ਕਰਦੇ ਆਂ ਅਸੀਂ ਕਿ ਸਾਰੇ ਸਾਥੀ ਦਿਲੋਂ ਕੋਈ ਵੀ ਘਰ ਦੇ ਵਿੱਚ ਨਾ ਬੈਠੇ ਕਿ ਅਕੈਡਮੀਆ ਦੇ ਵਿੱਚ ਛੁੱਟੀ ਹੈ ਵੀ ਅਸੀਂ ਉੱਥੇ ਨਹੀਂ ਜਾਣਾ ਅਸੀਂ ਘਰ ਪੜ ਲਈਏ ਉਹ ਤੁਹਾਡੇ ਵਾਸਤੇ ਇੱਕ ਜਿਹੜੀ ਹੈ ਉਹ ਮੈਂ ਸਿੱਧੇ ਤੌਰ ਤੇ ਕਹਿਣਾ ਕਿ ਇੱਕ ਗਦਾਰੀ ਵਾਲੀ ਗੱਲ ਹੋਊਗੀ ਇਹ ਨਾ ਸਮਝਿਓ ਕਿ ਅਸੀਂ ਘਰ ਦੇ ਵਿੱਚ ਬੈਠ ਕੇ ਜਿਹੜੀ ਉਹ ਤਿਆਰੀ ਕਰ ਲਈਏ ਤੇ ਦੁਬਾਰਾ ਫਿਰ ਅਸੀਂ ਕੋਈ ਨਾ ਅਸੀਂ ਲਾਈਵ ਹੋ ਕੇ ਜਿਹੜੇ ਉੱਥੇ ਪ੍ਰੋਟੈਸਟ ਕਰਨਗੇ ਉਹਨਾਂ ਨੂੰ ਦੇਖਾਂਗੇ ਤਾਂ ਇਹ ਸੋਚਿਓ ਕਿ ਅਸੀਂ ਲਾਈਵ ਹੋ ਕੇ ਉੱਥੇ ਟੀਵੀ ਤੇ ਨਹੀਂ ਦੇਖਣਾ ਮੋਬਾਈਲਾਂ ਤੇ ਨਹੀਂ ਦੇਖਣਾ ਆਪ ਲੋਕਾਂ ਨੂੰ ਦਿਖਾਉਣਾ ਹੈ ਕਿ ਅਸੀਂ ਆਦੇ ਹੱਕ ਲੈਣ ਲਈ ਅੱਜ ਮੁਹਾਲੀ ਦੇ ਵਿੱਚ ਜਿਹੜਾ ਅਸੀਂ ਉਹ ਪਹੁੰਚੇ ਆ ਸੋ ਸਾਰੇ ਸਾਥੀ ਹਮ ਹਮ ਆ ਕੇ ਵੱਡੀ ਗਿਣਤੀ ਦੇ ਵਿੱਚ 6435 ਜਿਹੜੇ ਆ ਸਾਡੇ ਸਾਥੀ ਤੇ 2366 ਜਿਹੜੇ ਸਭ ਦੇ ਸਾਥੀ ਸਿਲੇਕਟਡ ਹੋ ਗਏ ਆ ਈਟੀਟੀ ਵਾਲੇ ਸਾਰੇ ਸਾਥੀ ਜਿਹੜੇ ਆ ਉਹ ਮੁਹਾਲੀ ਦੇ ਵਿੱਚ ਇੱਕ ਬੜੀ ਵੱਡੀ ਗਿਣਤੀ ਦੇ ਵਿੱਚ ਪਹੁੰਚੋ ਤੇ ਸਰਕਾਰ ਨੂੰ ਮਜ਼ਾ ਦਿਖਾ ਦਈਏ ਕਿ ਕਿਸ ਤਰੀਕੇ ਦੇ ਨਾਲ ਕਿਸੇ ਹੋਰ ਨੂੰ ਜਿਹੜਾ ਐ ਐਂਟਰੀ ਕਰਵਾਈ ਜਾਂਦੀ ਹੈ ਜਿਹੜੇ ਈਟੀਟੀ ਦੇ ਵਿੱਚ ਈਟੀਟੀ ਦਾ ਹੱਕ ਹੈ ਤਾਂ ਈਟੀਟੀ ਨੂੰ ਹੀ ਮਿਲੂਗਾ ਤੇ ਈਟੀਟੀ ਵਾਲਾ ਹੀ ਲੈ ਕੇ ਰਹੂਗਾ ਸੋ ਸਾਥੀਓ ਇੱਕ ਓਵਰਏਜ ਵਾਲੇ ਸਾਡੇ ਸਾਥੀ ਉਹ ਕਿਸੇ ਗੱਲ ਤੋਂ ਨਾਰਾਜ਼ ਨੇ ਕਿ ਸਾਡਾ ਜਿਹੜਾ ਸਾਡੇ ਬਾਰੇ ਕੋਈ ਪ੍ਰੋਟੈਸਟ ਨਹੀਂ ਕਰ ਰਹਾ ਤਾਂ ਸਾਥੀਓ ਮੇਰੀ ਗੱਲ ਜਿਹੜੀ ਹੈ ਚਾਹੇ ਉਹ ਸਿੱਖਿਆ ਮੰਤਰੀ ਸਾਹਿਬ ਤੱਕ ਚਾਹੇ ਉਹ ਪ੍ਰਸ਼ਾਸਨ ਨਾਲ ਹਰੇਕ ਵਾਰ ਹਰੇਕ ਹਫਤੇ ਦੇ ਵਿੱਚ ਦੋ ਵਾਰ ਜਿਹੜੀ ਹੈ ਓਵਰੇਜ ਦੇ ਮਸਲੇ ਤੇ ਜਿਹੜੀ ਉਹ ਸਾਡੀ ਜੀ ਗੱਲਬਾਤ ਹੁੰਦੀ ਰਹਿੰਦੀ ਹੈ ਮੀਟਿੰਗ ਵੀ ਪਿਛਲੀ ਮਿਲੀ ਸੀਗੀ ਪਰੰਤੂ ਮੀਟਿੰਗ ਦੇ ਵਿੱਚ ਜਿਹੜਾ ਉਹ ਕੁਝ ਕਾਰਨਾਂ ਦੇ ਕਾਰਨ ਮੀਟਿੰਗ ਜਿਹੜੀ ਉਹ ਨਹੀਂ ਹੋ ਸਕੀ ਸੋ ਹਰੇਕ ਮੰਗ ਦੇ ਵਿੱਚ ਹਰੇਕ ਮੰਗ ਪੱਤਰ ਦੇ ਵਿੱਚ ਜਿਹੜੀ ਹੈ ਓਵਰੇਜ ਦੇ ਮਸਲੇ ਤੇ ਜਿਹੜੀ ਉਹ ਸਾਡੀ ਮੰਗ ਜਿਹੜੀ ਹੈ ਉਹ ਰੱਖੀ ਜਾਂਦੀ ਹੈ ਤੇ ਕੱਲ ਵੀ ਸਾਡੀ ਇਹ ਇੱਕ ਹੈ ਮੰਗ ਹੋਊਗੀ ਜਿਹੜੀ ਓਵਰੇਜ ਦੇ ਮਸਲੇ ਤੇ ਤੇ 6435 ਨੂੰ ਇੱਕ ਰੋਲ ਮੈਟ ਦੇ ਵਿੱਚ ETTD ਦੀ ਮੈਟ ਤੇ ਜਿਹੜਾ ਸੈਂਕ ਟੈਸਟ ਦੇ ਜਿਹੜੀ ਜੋ ਵੀ ਟੈਸਟ ਹੋਊਗਾ ਉਸ ਦੇ ਮੈਟ ਤੇ ਜਿਹੜੇ ਆ ਉਹ ਪਰਤੀ ਜਿਹੜੀ ਉਹ ਕਰਾਈ ਜਾਊਗੀ ਓਨਲੀ ਫਰਸਟ ਪੇਪਰੈਂਸ ਜਿਹੜੀ ਹੈ ETTD ਦੀ ਤਾਂ ਸਾਥੀਓ ਘਬਰਾਉਣ ਦੀ ਲੋੜ ਨਹੀਂ ਗਈ ਜਿੱਤਾਂਗੇ 2364 ਪੋਸਟਾਂ ਦੇ ਵਿੱਚ ਵੀ ਜਿੱਤਾਂਗੇ ਪ੍ਰਮਾਤਮਾ ਮਿਹਰ ਕਰੇ ਤਾਂ 635 ਪੋਸਟਰਾਂ ਦੇ ਵਿੱਚ ਵੀ ਜਿੱਤਾਂਗੇ ਈਟੀਟੀ ਦਾ ਹੱਕ ਹੈ ਤਾਂ ਈਟੀਟੀ ਨੂੰ ਜਿਹੜਾ ਉਹ ਜ਼ਰੂਰ ਮਿਲੂਗਾ ਕਿਉਂਕਿ ਇਹ ਤੁਸੀਂ ਪਿਛਲੇ ਇਤਿਹਾਸ ਨੂੰ ਵੀ ਜਾਣਦੇ ਹੋ ਕਿ ਹਮੇਸ਼ਾ ਵਾਸਤੇ ਸੱਚਾਈ ਦੀ ਜਿਹੜੀ ਆ ਉਹ ਜਿੱਤ ਹੁੰਦੀ ਹੈ ਤਾਂ ਹੁਣ ਵੀ ਸੱਚਾਈ ਦੀ ਜਿਹੜੀ ਹੈ ਉਹ ਜਿੱਤ ਹੋਊਗੀ ਕਿਸ ਤਰੀਕੇ ਦੇ ਨਾਲ ਟਾਵਰਾਂ ਤੇ ਬੈਠ ਕੇ ਭੁੱਖੇ ਪਿਆਸੇ ਬੈਠ ਕੇ ਜਿਹੜੇ ਆ ਇਹ ਪੋਸਟਾਂ ਕਢਾਈਆਂ ਨੇ ਇਹ ਉਹਨਾਂ ਦੀ ਮਿਹਨਤ ਹੈ ਇਹ ਮਿਹਨਤ ਜਿਹੜੀ ਆ ਉਹਨਾਂ ਨੂੰ ਜ਼ਰੂਰ ਮਿਲੂਗੀ ਜਿਹੜੇ ਛੜਕਾਂ ਤੇ ਤੁਰ ਕੇ ਜਿਨ੍ਹਾਂ ਨੇ ਲਾਠੀਆਂ ਖਾ ਕੇ ਜਿਨ੍ਹਾਂ ਨੇ ਮਿਹਨਤ ਕਰਕੇ ਪੋਸਟਰ ਕਢਾਈਆਂ ਨੇ ਅੱਜ ਉਹਨਾਂ ਦਾ ਹੱਕ ਬਣਦਾ ਹੈ ਤੇ ਉਹਨਾਂ ਨੂੰ ਹੀ ਹੱਕ ਜਿਹੜਾ ਹੈ ਉਹ ਪ੍ਰਮਾਤਮਾ ਵੀ ਜਾਣਦਾ ਹੈ ਉਹ ਜ਼ਰੂਰ ਮਿਲੂਗਾ ਤੇ ਦੂਸਰੀ ਗੱਲ ਮੈਂ ਇੱਕ ਸਰਕਾਰ ਨੂੰ ਇੱਥੇ ਚੇਤਾਵਨੀ ਦੇਣਾ ਚਾਹਣਾ ਕਿ ਸਾਡਾ ETT ਵਾਲਿਆਂ ਦਾ ਜਿਹੜਾ ਹੱਕ ਹੈ ਉਹ ਕੋਈ ਹੋਰ ਨਹੀਂ ਲੈ ਸਕਦਾ ਮਜਬੂਰਨ ਸਾਨੂੰ ਅਕੈਡਮੀਆਂ ਦੇ ਵਿੱਚੋਂ ਸਾਡੀਆਂ ਕਿਤਾਬਾਂ ਬੰਦ ਕਰਵਾ ਕੇ ਅੱਜ ਸਾਨੂੰ ਮੋਹਾਲੀ ਆਨਲੀ ਮਜਬੂਰ ਕਰ ਰਹੀ ਹੈ ਸਰਕਾਰ ਸੋ ਅਸੀਂ ਸਰਕਾਰ ਨੂੰ ਇਥੇ ਜਿਤਾਵਣੀ ਦੇਣਾ ਚਾਹੁੰਦੇ ਆ ਕਿ ਸਾਡਾ ਹੱਕ ਜਿਹੜਾ ਉਹ ਸਾਨੂੰ ਦੇ ਦਿੱਤਾ ਜਾਵੇ ਕਿ ਜਿਹੜਾ ਪੋਰਟਲ ਜਿਹੜਾ ਖੋਲਿਆ ਗਿਆ ਹੈ ਚਾਹੇ ਆਫਲਾਈਨ ਜੋ ਪਟੀਸ਼ਨਰ ਹੈਗਾ ਹੈ ਉਹਨਾਂ ਨੂੰ ਫਾਰਮ ਚਾਹੇ ਤੁਸੀਂ ਅਪਲਾਈ ਕਿਦਾਂ ਮਰਜ਼ੀ ਕਰਾਓ ਪਰੰਤੂ ਉਹ ਵੀ ਨਹੀਂ ਹੋਣਾ ਚਾਹੀਦਾ ਕਿਉਂਕਿ ਈਟੀਟੀ ਦਾ ਇਸਤੇ ਪੋਸਟਾਂ ਤੇ ਹੱਕ ਬਣਦਾ ਹੀ ਨਹੀਂ ਈਟੀਟੀ ਦਾ ਪੋਸਟਾਂ ਤੇ ਕਿਸੇ ਨੂੰ ਸਿਰਫ ਬੀਐਡ ਵਾਲੇ ਜਿਹੜੇ ਆ ਉਹ ਆਦੇ ਮਾਸਟਰ ਕੈਡਰ ਦੇ ਵਿੱਚ ਜਾਣ ਈਟੀਟੀ ਦੀ ਅਪੋਸਟ ਸਿਰਫ ਈਟੀਟੀ ਹੀ ਅਪਲਾਈ ਕਰ ਸਕਦਾ ਹੈ ਸੋ ਮੈਂ ਸਰਕਾਰ ਨੂੰ ਇਹ ਅਪੀਲ ਵੀ ਕਰਦਾ ਖਾਸ ਕਰਕੇ ਸਾਡੇ ਮਾਨਯੋਗ ਸਿੱਖਿਆ ਮੰਤਰੀ ਸਾਹਿਬ ਸਾਡੇ ਪ੍ਰਮੁੱਖ ਸਕੱਤਰ ਸਾਹਿਬ ਸਾਡੇ ਮੁੱਖ ਮੰਤਰੀ ਸਾਹਿਬ ਉਹਨਾਂ ਨੂੰ ਅਪੀਲ ਹੈ ਕਿ ਇਹਨਾਂ ਪੋਸਟਾਂ ਤੇ ਵੱਲੇ ਖਾਸ ਕਰਕੇ ਧਿਆਨ ਜਿਹੜਾ ਹੈ ਉਹ ਦਿੱਤਾ ਜਾਵੇ ਕਿ 635 ਜਿਹੜੀ ਪੋਸਟ ਹੈ ਸਾਡੀ ਉਹ ਕਿਸੇ ਹੋਰ ਤੋਂ ਲਿਆ ਕੇ ਚਾਹੇ ਉਹ ਬੀਐਡ ਵਾਲੇ ਨੇ ਕਿਉਂਕਿ ਸਾਡੀ ਪੋਸਟ ਹੈ ਉਹ ਸਾਨੂੰ ਜਿਹੜੀ ਈਟੀਟੀ ਵਾਲੇ ਨੂੰ ਜਿਹੜੀ ਉਹ ਮਿਲਣੀ ਚਾਹੀਦੀ ਹੈ ਜਿਹੜੇ ਬੀਆਡ ਵਾਲੇ ਨੇ ਉਹਨਾਂ ਦੀ 10000 ਤੋਂ ਉੱਪਰ ਜਿਹੜੀ ਐ ਪੋਸਟ ਪਹਿਲਾਂ ਵੀ ਆ ਚੁੱਕੀ ਹੈ ਉਹਨਾਂ ਦੇ ਜੁੜੇ ਮਾਸਟਰ ਕੇਡਰ ਵਾਲੀਆਂ ਪੋਸਟਾਂ ਨੇ ਸਿਰਫ ਉਹਨਾਂ ਨੂੰ ਉੱਧਰ ਅਪਲਾਈ ਕਰਨ ਦਾ ਜਿਹੜਾ ਉੱਧਰ ਮੌਕਾ ਦਿੱਤਾ ਜਾਵੇ ਸੋ ਸਾਰੇ ਸਾਥੀਆਂ ਨੂੰ ਅਪੀਲ ਹੈ ਕਿ ਤੁਸੀਂ ਕੱਲ ਬਹੁਤ ਵੱਡੀ ਗਿਣਤੀ ਦੇ ਵਿੱਚ ਮੋਹਾਲੀ 10 ਵਜੇ ਅੰਬ ਸਾਹਿਬ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਜਿਹੜਾ ਸਾਰੇ ਸਾਥੀਆਂ ਨੇ ਇਕੱਠੇ ਹੋਣਾ ਹੈ ਜਿੱਥੇ-ਜਿੱਥੇ ਤੁਹਾਡੇ ਅਗਵਾਈ ਕਰਤਾ ਚਾਹੇ ਜ਼ਿਲ੍ਹਾ ਪ੍ਰਧਾਨ ਨੇ ਬਲੌਕ ਪ੍ਰਧਾਨ ਨੇ ਚਾਹੇ ਅਕੈਡਮੀਆਂ ਦੇ ਵਿੱਚ ਵੀ ਬੈਠੇ ਹੋਏ ਉਹਨਾਂ ਦੇ ਇੱਕ ਜਿਹੜਾ ਅਗਵਾਈ ਕਰਤਾ ਬਣਿਆ ਹੋਇਆ ਸਾਥੀ ਕਿਸੇ ਵੀ ਵਹੀਕਲ ਤੇ ਲੈ ਕੇ ਆਉਂਦਾ ਤੇ ਉਹਨਾਂ ਦਾ ਕਹਿਣਾ ਮੰਨ ਕੇ ਤੁਸੀਂ ਸਾਰੇ ਸਾਥੀਆਂ ਨੇ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਦਾ ਸਾਥ ਦੇਣਾ ਤਾਂ ਮੁਹਾਲੀ ਕੱਲ 10 ਵਜੇ ਤੱਕ ਤੁਸੀਂ ਹਰ ਹਾਲਤ ਵਿੱਚ ਪਹੁੰਚਣਾ ਹੈ ਇੱਕ ਵੱਡੀ ਗਿਣਤੀ ਜਿਹੜੀ ਐ ਦਿਖਾਣੀ ਹੈ ਆ ਦਾ ਹੱਕ ਲੈਣ ਲਈ ਤੁਸੀਂ ਜ਼ਰੂਰ ਪਹੁੰਚਣਾ ਹੈ ਇਹ ਨਾ ਭੁੱਲ ਕੇ ਕਰੇ ਘਰ ਬੈਠ ਜਾਓ ਕਿ ਕੋਈ ਗੱਲ ਨਹੀਂ ਲੜਨ ਵਾਲੇ ਹੋ ਹੋਰ ਬਹੁਤ ਜ਼ਿਆਦਾ ਨੇ ਪਰੰਤੂ ਇੱਕ ਇੱਕ ਦੇ ਨਾਲ ਜਿਹੜਾ ਉਹ ਇੱਕ ਬਹੁਤ ਵੱਡੀ ਗਿਣਤੀ ਜਿਹੜੀ ਉਹ ਬਣੂਗੀ ਤੁਹਾਡੇ ਸਾਥ ਦੇ ਨਾਲ ਬਣੂਗੀ ਤੇ ਹੱਕ ਜਿਹੜਾ ਹੈ ਉਹ ਆਪਾਂ ਜਿਹੜਾ ਜ਼ਰੂਰ ਲੈ ਕੇ ਪਾਵਾਂਗੇ ਸੋ ਸਾਰੇ ਸਾਥੀਆਂ ਦਾ ਧੰਨਵਾਦ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੀ